जी हाई साहब, थोड़ा थोड़े को सवाल ये है कि यह जी बिल्लू साहब ने जी ग्वाल कट्ठी की है जी जी वो कट्ठी करन दे विच किन्ना टाइम लगे है और इन्ने जानवर जड़े ने एक किस तरीके ने कट्ठे किए गए ने एक एक जानवर चुन के लियाना और इन्ना खूबसूरत और दुध आला जानवर और नफीस नफासत आला जानवर जड़ा है जी जी रहमत है जेडी मैं अच्छी लब जाए कि लब जाए पहुंच जाए पहुंच जाता सानू कहता जी मैं लै आना जा अपने मेरे भाई छोटे न ਵੀ ਮੈਂ ਲਿਆਉਣੀ ਚਾਹੀਦੀ ਉਹ ਮੈਂ ਆ ਜਾਂਦੀ ਮੁੱਲ ਵੱਲੋਂ ਨਹੀਂ ਧੜਕਦਾ ਇਹ ਸ਼ੌਕੀਨ ਹੈ ਵੀ ਮੈਂ ਚੰਗੀ ਦਾ ਤਾਂ ਹੀ ਅੱਲਾ ਨੇ 300 ਮੈਂ ਜੋੜ ਦਿੱਤੀ ਹੈ ਸ਼ੌਕੀਨ ਹੈ ਪੈਸੇ ਵੀ ਖਰਚਣਾ ਜਾਣਦਾ ਦਲੇਰੀ ਵੀ ਹੈ ਉਹਨੇ 6 ਮਹੀਨੇ ਦੀ ਬਦਲੀ ਹੈ ਆ ਫਿਰ ਤੁਹਾਨੂੰ ਸੱਦਿਆ ਦੇਖੋ ਮੈਂ ਨਵੀਂ ਆਈ ਹਾਂ ਤੇ ਦੇਖੋ ਨਾ ਹੋਰ ਜੋ ਪੁੱਛਣਾ ਹਾਜ਼ਰ ਹੈ ਅੱਛਾ ਇਸ ਤੋਂ ਇਲਾਵਾ ਇਹ ਦੱਸੋ ਕਿ ਮੱਝ ਖਰੀਦ ਕਰਨ ਵਾਸਤੇ ਕੌਣ ਕੌਣ ਜਾਂਦਾ ਹੈ ਸਾਰਿਆਂ ਦੇ ਵਿੱਚੋਂ ਜਿੱਥੇ ਕੋ ਮੈਂ ਦੀ 10 ਪੈਂਦੀ ਸਨ ਦਰਿਆ ਤੇ ਲੀਲੀ ਤੇ ਟੈਲੀਫੋਨ ਹੋ ਜਾਂਦਾ ਫਿਰ ਅਸੀਂ ਚਲੇ ਜਾਂਦੇ ਹਾਂ ਠੀਕ ਹੈ ਸਾਰੇ ਇਕੱਠੇ ਹੋ ਕੇ ਜਾਂਦੇ ਹੋ ਇਕੱਠੇ ਹੋ ਕੇ ਚਲੇ ਜਾਂਦੇ ਇੱਕੋ ਜਿਹਾ ਹੋਇਆ ਸੀ ਠੀਕ ਹੈ ਤੇ ਫਿਰ ਜਾ ਕੇ ਸਨਾਖਤ ਕਰੀ ਦੀ ਆ ਮੈਂ ਫਲਾਣੀ ਫਲਾਣੀ ਮੈਂ ਦੀ ਧੀ ਹੈ ਜਾਂ ਫਲਾਣੀ ਮੈਂ ਦੀ ਫਲਾਣਾ ਦਾ ਮਾਂ ਪਿਓ ਕਿਹੜਾ ਫਲਾਣੀ ਕਿਹੜੀ ਹੈ ਤੇ ਜਿਹੜੀ ਮੈਂ ਅਸਲ ਦਰਿਆ ਦੀ ਹੈਗੀ ਜਿਹਦਾ ਮਾਂ ਪਿਓ ਉੱਥੇ ਉਹਦੀ ਮੈਂ ਜੋੜ ਕੋਈ ਨਹੀਂ ਕਿਉਂ ਮਿੱਟੀ ਦਰਿਆ ਦੀ ਹੋਰ ਹੈ ਨੀਲੀ ਦੀ ਹੋਰ ਹੈ ਜੋ ਅਸੀਂ ਤਜਰਬਾ ਕੀਤਾ ਆਪਣੀ ਜ਼ਿੰਦਗੀ 'ਚ ਠੀਕ ਹੈ ਨਾਲੇ ਅੱਲਾ ਦੀ ਬੜੀ ਕਰਮ ਨਵਾਜ਼ੀ ਹੈ ਸਾਡੀ ਅੱਗੇ ਵੀ ਗੱਲ ਕੀਤੀ ਸੀ ਸਾਡਾ ਜੱਦੀ ਕਾਰੋਬਾਰ ਹੈ ਅਸੀਂ ਕਿਸੇ ਕੋਲ ਕੀ ਸਿੱਖਣਾ ਅੱਲਾ ਦੀ ਰਹਿਮਤ ਹੈ ਵੱਡਿਆਂ ਤੋਂ ਤੁਰੇ ਆ ਕੰਮ ਹੈ ਇਨਸ਼ਾਅੱਲਾ ਤੇ ਮੈਂ ਵੀ ਅੱਲਾ ਨੇ ਸਾਨੂੰ ਸਿਆਣ ਦਿੱਤੀ ਹੈ ਅੱਲਾ ਦੀ ਬੜੀ ਕਰਮ ਨਵਾਜ਼ੀ ਹੈ ਤੇ ਬੱਚਾ ਵੀ ਸ਼ੌਕੀਨ ਹੈ ਪੈਸੇ ਖਰਚਣੇ ਜਾਣਦਾ ਮੈਂ ਲੈਣੀ ਜਾਣਦਾ ਫਿਰ ਤੁਹਾਨੂੰ ਪੁੱਛ ਲੈਂਦਾ ਉਸਤਾਦ ਜੀ ਇਸ ਤਰ੍ਹਾਂ ਇਸ ਤਰ੍ਹਾਂ ਅਸੀਂ ਕਿਹਾ ਬਿਲਕੁਲ ਪਾਸ ਹੈ ਜਿਹੜੀਆਂ ਤੁਹਾਨੂੰ ਮੈਂ ਹੀ ਵਹਾਈਆਂ ਇਹ ਸਾਰਾ ਮਾਲ ਫਿਰ ਪਾਇਆ ਇਸ ਵਾਸਤੇ ਉਹਨੇ ਸ਼ੌਂਕ ਨਾਲ ਸੱਦਿਆ ਵੀ ਇਹ ਮੇਰਾ ਮਾਲ ਨਵਾਂ ਆਇਆ ਮਾਸ਼ਾਅੱਲਾ ਕੋ ਤੁਸੀਂ ਅੱਛਾ ਸਾਹਿਬ ਤੁਸੀਂ ਗੱਲ ਕੀਤੀ ਹੈ ਕਿ ਅਸੀਂ ਪਿਛਲਾ ਰਿਕਾਰਡ ਜਿਹੜਾ ਨਾ ਉਸ ਮਾਝ ਦਾ ਦੇਖਦੇ ਹਾਂ ਅਗਰ ਮਿਸਾਲ ਦੇ ਤੌਰ ਤੇ ਉਸ ਮਾਝ ਦਾ ਰਿਕਾਰਡ ਸਾਡੇ ਕੋਲ ਨਾ ਮੌਜੂਦ ਹੋਏ ਤੇ ਮੱਝ ਚੰਗੀ ਹੋਏ ਫਿਰ ਵੀ ਖਰੀਦ ਲੈਂਦੇ ਹੋ ਜਾਂ ਰਿਕਾਰਡ ਦੇਖਣ ਤੋਂ ਬਗੈਰ ਨਹੀਂ ਖਰੀਦਦੇ ਮੱਝ ਨਹੀਂ ਮੈਂ ਦੇਖ ਕੇ ਵੇਖ ਕੇ ਲੈ ਲਈਦੀ ਹੈ ਨਹੀਂ ਰਿਕਾਰਡ ਨੂੰ ਮੈਂ ਆਪ ਹੀ ਦੱਸ ਦਿੰਦੀ ਸਾਨੂੰ ਅੱਲਾ ਦੇ ਹੁਕਮਣਾ ਜਾਂ ਮੈਂ ਵੇਖ ਲਓ ਮੈਨੂੰ ਤੇ ਮੈਂ ਦੱਸ ਦਿੰਦੀ ਹੈ ਦਰਿਆ ਦੀ ਮੈਂ ਤਾਂ ਖੁਦ ਮੂੰਹੋਂ ਬੋਲਦੀ ਵੀ ਮੈਂ ਹੈ ਦਰਿਆ ਦੀ ਜਿੱਥੇ ਨੀਲੀ ਬਾਰਜ ਨੂੰ ਕਿਹਾ ਜਾਂਦਾ ਹੈ ਹਰ ਸ਼ਹਿਰ ਦਾ ਪਤਾ ਮਾਲ ਦਾ ਪਤਾ ਫਲਾਣੀ ਮੈਂ ਫਲਾਣੀ ਮੈਂ ਇੰਨੀ ਹੋਈ ਆ ਫਲਾਣੇ ਬੰਦੇ ਕੋਈ ਐਸਾ ਜ਼ਾਤ ਦੀ ਮੈਂ ਹੋਈ ਹੈ ਠੀਕ ਹੈ ਤੇ ਫਿਰ ਬੱਚਾ ਇਹਨੂੰ ਸ਼ੌਂਕ ਅੱਲਾ ਨੇ ਦਿੱਤਾ ਅੱਲਾ ਪੂਰਾ ਵੀ ਕਰ ਦਿੱਤਾ ਬੇਸ਼ੱਕ ਜੀ ਮਾਸ਼ਾਅੱਲਾ ਅੱਲਾ ਦੀ ਬੜੀ ਮਿਹਰਬਾਨੀ ਹੈ ਬੱਚੇ ਦਾ ਸ਼ੌਂਕ ਅੱਲਾ ਪੂਰਾ ਕਰ ਦਿੱਤਾ ਇੰਨੀਆਂ ਮਹੀਨੇ ਦੇ ਵਿੱਚੋਂ ਅਲੱਗ ਹੈ ਤੁਸੀਂ ਸਾਰਾ ਮਾਲ ਵੇਖਿਆ ਇੱਕ ਕਦੀ ਮੈਂ ਅੱਛੀ ਹੋ ਕਦੀ ਮੈਂ ਅੱਛੀ ਹੈ ਇਹੋ ਕੁਛ ਹੀ ਹੁੰਦਾ ਦੇਖਣਾ ਹੁਣ 300 ਮੈਂ ਜੋੜਨੀ ਕੋਈ ਐਵੇਂ ਹੀ ਗੱਲ ਤਾਂ ਨਹੀਂ ਨਾ ਹੈਗੀ ਅੱਛਾ ਇਹਦੇ 'ਚ ਮਖਸੂਸ ਜਿਹਾ ਇਲਾਕਾ ਦੱਸੋ ਜਿਸ ਇਲਾਕੇ 'ਚੋਂ ਸਭ ਨਾਲ ਜ਼ਿਆਦਾ ਮੱਝਾਂ ਤੁਸੀਂ ਖਰੀਦ ਕੀਤੀਆਂ ਹੋਣ ਇਸ ਇਲਾਕੇ ਦੀ ਮੱਝ ਸਾਰਿਆਂ ਨਾਲੋਂ ਚੰਗੀ ਰਹੀ ਹੈ ਜਿਹੜੀ ਵੀ ਆਈ ਹੈ ਮੈਂ ਦਰਿਆ ਦੀ ਜਿਹੜੀ ਹੈ ਨਾ ਹੁਣ ਜਿਹੜੀ ਵੀ ਮੈਂ ਦਰਿਆ ਦੀ ਨੀਲੀ ਦੀ ਲਈ ਹੈ ਠੀਕ ਹੈ ਉਹਨੇ ਕਿਹਾ ਮੈਂ ਹੀ ਵੱਧ ਦਾ ਕਿੱਥੋਂ ਸ਼ੁਰੂ ਹੋ ਕੇ ਕਿੱਥੋਂ ਦਿੱਕਰ ਮਤਲਬ ਕਿੱਥੋਂ ਲੁੱਡਣ ਲਾ ਲਓ ਜੀ ਲੁੱਡਣ ਦੀ ਜਿਹੜੀ ਮਹੀਨੇ ਪਾਸ ਹੋਈਆਂ ਠੀਕ ਹੈ ਜਾਂ ਵੇਲੀ ਲੱਖੇ ਦੀ ਥੱਲੇ ਵਾਲੀ ਮੈਂ ਉਹ ਵੀ ਮੈਂ ਚੰਗੀ ਹੋਈਆਂ ਇਹ ਹੈਗੀ ਕਾਬੂ ਆਪਣੀ ਥਾਰੋਂ ਇੱਕ ਮਿੱਟੀ ਦਾ ਰਾਜ ਹੈ ਹੁਣ ਦੇਖੋ ਨਾ ਮਿੱਟੀ ਹੋਰ ਹੈ ਲਾਹੌਰ ਦੀ ਮਿੱਟੀ ਹੋਰ ਹੈ 10 ਮਹੀਨੇ ਲੱਗੇ ਚੱਲ ਜਾਓ ਫਰਕ ਪੈ ਜਾਂਦਾ ਪਾਣੀ ਦਾ ਵੀ ਮਿੱਟੀ ਦਾ ਵੀ ਇਸੇ ਤਰ੍ਹਾਂ ਹੀ ਫਰਕ ਹੁੰਦਾ ਇਹ ਜਿਹੜੇ ਤੁਸੀਂ ਜਾਨਵਰ ਖਰੀਦ ਕੇ ਲਿਆਉਂਦੇ ਹੋ ਜੀ ਉਸ ਮਿੱਟੀ ਦੇ ਉਹ ਇਸ ਮਿੱਟੀ ਦੇ ਆ ਕੇ ਉਂਝ ਹੀ ਰਹਿੰਦੇ ਨੇ ਚੇਂਜ ਹੁੰਦੇ ਨੇ ਆਉਣ ਵਾਲੇ ਨਹੀਂ ਫਰਕ ਤੇ ਫਿਰ ਤੁਹਾਨੂੰ ਪਤਾ ਪੈ ਜਾਂਦਾ ਸੂਏ 'ਚ ਜਦੋਂ ਮੈਂ ਸੁਣਦੀ ਆ ਫਰਕ ਪੈ ਜਾਂਦਾ ਇਹ ਥੋੜਾ ਜਿਹਾ ਲਾਹੌਰ ਵਾਲਾ ਪਾਣੀ ਵਾਦੀ ਏ ਉਹ ਪਾਣੀ ਅੱਛਾ ਮੈਂ ਪਾਲਿਸ਼ ਰੰਦੀ ਏ ਦਰਿਆ ਦੇ ਫਿਰਨ ਵਾਲੀ ਨੀਲੀ ਦੀ ਮਾਝ ਤੁਹਾਨੂੰ ਪਸੰਦ ਹੈ ਸ਼ੁਰੂ ਤੋਂ ਜੀ ਮਾਸ਼ਾਅੱਲਾ ਬਹੁਤ ਸ਼ੁਕਰੀਆ ਜੀ ਜ਼ਰਾ ਸਾਡੇ ਅੱਜ ਦੇ ਜਿਹੜੇ ਮੇਜ਼ਬਾਨ ਨੇ ਬਾ ਬਿੱਲੂ ਗੁੱਜਰ ਸਾਹਿਬ ਉਹਨਾਂ ਨੂੰ ਮਾਈਕ ਦਿਓ ਉਹਨਾਂ ਕੋਲ ਜ਼ਰਾ ਅਸੀਂ ਪੁੱਛਾਂਗੇ ਅਸਲਾਮ ਵਾਲੇਕੁਮ ਜੀ
ਬਿਸਮਿਲਲਾ ਜੀ ਵਾਲੇਕਮ ਅਸਲਾਮ ਭਾਈ ਜਾਨ ਭਾਈ ਜੀ ਕੀ ਹਾਲ ਚਾਲ ਹੈ ਅੱਲਾ ਪਾਕ ਦਾ ਬੜਾ ਆਸਾਨ ਹੈ ਸ਼ੁਕਰ ਸੋਨੇ ਜ਼ਾਤ ਪਾਕ ਦਾ ਭਾਈ ਜਾਨ ਭਾਈ ਜੀ ਮੱਝਾਂ ਵੇਖ ਕੇ ਬੜਾ ਦਿਲ ਖੁਸ਼ ਹੋਇਆ ਬੜੀ ਅੱਛੀ ਤੁਹਾਡੀ ਕਲੈਕਸ਼ਨ ਹੈ ਮਾਸ਼ਾਅੱਲਾ ਬਸ ਜੀ ਅੱਲਾ ਦਾ ਮਾਲ ਹੈ ਭਾਜੀ ਜਾਂ ਤੁਹਾਡੇ ਭਰਾਵਾਂ ਦੀਆਂ ਦੁਆਵਾਂ ਨੇ ਮਗਰ ਮਾਸ਼ਾਅੱਲਾ ਮਾਸ਼ਾਅੱਲਾ ਉਸਤਾਦਾਂ ਦੀ ਵੀ ਦੁਆ ਹੈ ਬਿਲਕੁਲ ਜੀ ਉਸਤਾਦ ਤੇ ਮੇਰੇ ਭਾਜੀ ਸਭ ਤੋਂ ਅਫਜ਼ਲ ਚੀਜ਼ ਮੇਰੀ ਉਸਤਾਦ ਨੇ ਮੇਰੇ ਮਾਈਕ ਥੋੜਾ ਜਿਹਾ ਉੱਤੇ ਰੱਖਿਆ ਜੀ ਜ਼ਿਆਦਾ ਆ ਗਿਆ 300 ਤੋਂ ਜ਼ਿਆਦਾ ਜਾਨਵਰ ਨੇ ਜਿਹੜੇ ਅਸੀਂ ਵੇਖੇ ਨੇ ਜੀ ਹਾਂ ਜੀ उस्तादे मोहतरम दादा उस्ताद फिर मलक साहब वान साहब जी जी चारे बंदे मशावरत दे नाल इस काम नूं असीं तरजीह देने आ अच्छा ए मतलब तुसीं जिहड़ा जानवर खरीदे हो अपने ਕਿੰਨਾ ਸਾਦਾ ਨਾਲ ਦੋਸਤਾਂ ਨਾਲ ਮਸ਼ਵਰਾ ਕਰਕੇ ਹਾਂਜੀ ਮਸ਼ਵਰਾ ਕਰਕੇ ਭਾਜੀ ਫੇਰ ਹੀ ਕਰਦੇ ਹੋ ਕਿੰਨਾ ਅਰਸਾ ਲੱਗ ਗਿਆ ਤੁਹਾਨੂੰ ਇਸ ਲੈਵਲ ਤੱਕ ਆਉਂਦੇ ਆ ਇਹ ਭਾਜੀ ਮੈਂ ਕੰਮ ਤੇ ਮੇਰੇ ਵਾਲਾ ਸਾਹਿਬ ਤੋਂ ਮੈਂ ਸ਼ੁਰੂ ਕੀਤਾ ਸੀ ਜੀ ਜੀ ਤੇ ਮਗਰ ਜਦੋਂ ਦਾ ਚੋਰੀ ਸਾਗ ਮੈਂ ਉਸਤਾਦ ਫੜਿਆ ਉਦੋਂ ਦੀ ਮੇਰੇ ਤੇ ਖਾਸ ਅੱਲਾ ਦੀ ਰਹਿਮਤ ਹੋਈ ਜੀ ਭਾਜੀ ਜੀ ਜੀ ਕਦੋਂ ਸਾਗ ਫੜਿਆ ਜੀ ਤੁਸੀਂ ਚੋਰੀ ਸਾਗ ਇਹ ਭਾਜੀ ਮੇਰਾ ਖਿਆਲ ਇੱਕ 2008-9-10 ਦਾ ਵਾਕਿਆ ਆਵੇ अच्छा माशाल्लाह फिर तो बड़ी तुसी तेजी नाल तरक्की कीती 2008 तो शुरू होए हां जी अच्छा अच्छा उस तो पहले थोड़े कोल जिहड़े जानवर आ उस तो पहले मेरे वाले साहब दे कोई थोड़ा जिहा माल हुंदा सी जी जी अपने वाले साहब दे नाल कम नूं लई फिरना सा अच्छा अच्छा ते पहले उस्ताद मेरे ले पहला नहीं चोरी गुगन गुजरेगा सी जी जी ओ इथो चले गए फिर अपना माल लेके फिर उस तो बाद मेरा उस्ताद बाबा चिराग ਜੀ ਜੀ ਉਹ ਵੀ ਥੋੜਾ ਚਿਰ ਬਾਅਦ ਅੱਲਾ ਨੂੰ ਪਿਆਰੇ ਹੋ ਗਏ ਸਨ ਜੀ ਜੀ ਫਿਰ ਮੇਰਾ ਉਸਤਾਦ ਚੌਰੀ ਸਾਖ ਨੂੰ ਮੈਂ ਸਾਥ ਫੜਿਆ ਹਾਂਜੀ ਫੜਿਆ ਤੇ ਅੱਲਾ ਦੀ ਰਹਿਮਤ ਹੋਈ ਮੇਰੇ ਤੇ ਭਾਜੀ ਅੱਛਾ ਇੱਕ ਗੱਲ ਕਲੀਅਰ ਕਰਿਆ ਜੇ ਕਿ ਮਸ਼ਹੂਰ ਹੈ ਕਿ ਚੌਰੀ ਸਾਖ ਕਰਾਚੀ ਵਾਲੇ ਜੀ ਜੀ ਇਹ ਪ੍ਰੋਪਰ ਕਰਾਚੀ ਦੇ ਨੇ ਜਾਂ ਇਹਨਾਂ ਦਾ ਲਕਬ ਕਰਾਚੀ ਵਾਲੇ ਨਹੀਂ ਲਕਬ ਕਰਾਚੀ ਦਾ ਹੈ ਬਸ ਲੈ ਗਏ ਪਿੱਛੋਂ ਲਾਹੌਰ ਦੇ ਹੀ ਨੇ ਮਾਸ਼ਾਅੱਲਾ ਅੱਛਾ ਅੱਛਾ ਉਹ ਸਾਡੇ ਸਾਰੇ ਦੋਸਤਾਂ ਦੇ ਤੇ ਮਾਈਂਡ ਵਿੱਚ ਇਹ ਚੀਜ਼ ਆਂਦੀ ਕਿ ਕਰਾਚੀ ਦੇ ਇਹਨਾਂ ਨੇ ਕਰਾਚੀ ਤੋਂ ਸਾਰਾ ਜਾਨਵਰ ਇੱਥੇ ਨਹੀਂ 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 ਇੱਥੇ ਭੇਜੇ ਨੇ ਵਾਲ ਸਾਹਿਬ ਤੋਂ ਮਸ਼ਹੂਰ ਸੀ ਕਿਤੇ अच्छा अच्छा कराची वाले अच्छा बाजी तुसी सारी जड़ी कलेक्शन कीती है जी जी ए तुसी कित्थू कीती है नीली दरिया तो बाजी सारी नीली दरिया हां जी नीली दरिया दरिया सतलज दी गल कर रहे हो हां जी दरिया सतलज काफी लंबा चौड़ा होता एरिया काफी वसी है कोई खास एरिया हैड सुलेमान के लगे हैड सलाम तक बाजी तकरीबन कोई जगह ऐसी है जड़ी नहीं जी जी अच्छा तुसी जानवर खरीदन तो पहले जदों जांदे हो ओ जानवर दा बायो डाटा तुसी लैंदे ही होने आ भी बायो डाटा बड़ा कट लईदा बाजी जानवर आप ही दस दंदा कि मैं जानवर दस दिंदा जानवर दसदा है कि मैं जाना थोड़े नाल मैं डिपेंड करदा है कि जिहड़ी मैं माशाल्लाह खूबसूरत मैं हुंदी है जी जी ते ओ ओरी हर चीज देखनी पैंदी है कुछ चीजा दसो ना सानू के ए चीजा असि वेखने आ भाई ओरी लकड़ लकड़ी ओदी जेडी अल्लाह पाक ने स्टैंडर्ड दित्ता आवे सिंग अच्छा ओरी बरीकी नफासत जेडी हर चीज अगो पिछे देखनी पैंदी है अच्छा अच्छा वेख के तुसी जानवर इथे लांदे हो हां जी आंदे आ जानवर वाड़े विच सीधा जा आंदे सीधे वाड़े च भाजी कोई अलगदा प्रोटोकॉल कोई अलगदा प्रोटोकॉल कोई वैक्सीन वगैरह कुछ नहीं अच्छा ਤੇ ਬਾਜੀ ਥੋੜਾ ਜਿਹਾ ਆਪਣੇ ਤੁਸੀਂ ਸਾਨੂੰ ਫੀਡ ਪਲਾਨ ਦੇ ਬਾਰੇ ਦੱਸੋ ਤੁਸੀਂ ਆਪਣੇ ਜਾਨਵਰਾਂ ਨੂੰ ਫੀਡ ਕੀ ਕਰਵਾਉਂਦੇ ਹੋ ਫੀਡ ਭਾਜੀ ਸਵੇਰ ਨੂੰ ਮਕਈ ਤੇ ਦੋਵੇਂ ਟਾਈਮ ਵੰਡਾ ਮਕਈ ਤੇ ਵੰਡਾ ਹਾਂਜੀ ਮਕਈ ਸਾਰਾ ਸਾਲ ਮਿਲ ਜਾਂਦੀ ਇੱਥੇ ਸਾਰਾ ਸਾਲ 9-10 ਮਹੀਨੇ ਮਿਲਦੀ ਹੈ ਭਾਜੀ ਫਿਰ ਕਣਕ ਅੱਛਾ ਜਵੀ ਅੱਛਾ ਮਤਲਬ ਮੌਸਮੀ ਜਿਹੜਾ ਚਾਰਾ ਹੈ ਉਹ ਦਿੰਦੇ ਹੋ ਮੌਸਮੀ ਚਾਰਾ ਜਿਹੜਾ ਤੇ ਵੰਡਾ ਦਿੰਦੇ ਹੋ ਹਾਂਜੀ ਵੰਡਾ ਜਿਸ ਤਰ੍ਹਾਂ ਦੱਸਿਆ ਭਾਈ ਉਹਨਾਂ ਨੇ ਕਿ ਇੱਕ ਦੋਸਤ ਹੈ ਉਹ ਬਣਾ ਕੇ ਹਾਂਜੀ ਹਾਂਜੀ ਜੀ ਕਿੰਨਾ ਵੰਡਾ ਦਿੰਦੇ ਹੋ ਵੰਡਾ ਜਿੰਨਾ ਮੈਂ ਖਾਵੇ ਭਾਜੀ ਅੱਛਾ ਅਜੇ ਤੁਹਾਡੇ ਕੋਲ ਗਵਾਲ ਦੇ ਵਿੱਚ ਸਾਰੇ ਜਾਨਵਰ ਨੇ ਮੱਝਾਂ ਗਭਣਾ ਹੋ ਕੇ ਸੌਂਦੀਆਂ ਨੇ ਇਹਨਾਂ ਦੀ ਕੋਈ ਗਭਣਾ ਦੀ ਕੀ ਤਿਆਰੀ ਲਾਉਂਦੇ ਹੋ ਭਾਜੀ ਅਸੀਂ ਜਿਹੜੀ ਮੈਂ ਆਉਂਦੀਆਂ ਮੈਂ ਕਰਮ ਵਾਲਾ ਮਾਲ ਜੁੜਿਆ ਆਵੇ ਜੀ ਜੀ ਤੇ ਆਪੇ ਮੈਂ ਗੜਦੀਆਂ ਨੇ ਆਪੇ ਸੌਂਦੀਆਂ ਨੇ ਕਦੀ ਕਿਸੇ ਨੂੰ ਪੁੱਛਿਆ ਨਹੀਂ ਕਿ ਵੀ ਤੂੰ ਕਿਦੋਂ ਗੜਨਾ ਤੇ ਕਿਦੋਂ ਸੌਣਾ ਹੈ ਅੱਛਾ ਤੇ ਕਈ ਮੈਂ ਬਹੁਤੀਆਂ ਮੈਂ ਚੋਂਦਿਆਂ ਚੋਂਦੇ ਸੂ ਪੈਂਦੀਆਂ ਨੇ ਅੱਛਾ ਹਾਂਜੀ ਸੰਡੇ ਵਿੱਚ ਹੀ ਹੁੰਦੇ ਨੇ ਸੰਡੇ ਵਿੱਚ ਹੀ ਨੇ ਭਾਜੀ ਨਾ ਹੀ ਕੋਈ ਪੁੱਛਣ ਵਾਲਾ ਨਹੀਂ ਕੋਈ ਦੱਸਣ ਵਾਲਾ ਆਪੇ ਕਰਮ ਵਾਲੀਆਂ ਸੂ ਪੈਂਦੀਆਂ ਨੇ ਆਪੇ ਹੀ ਭੱਜ ਜਾਂਦੀਆਂ ਨੇ ਅੱਛਾ ਇੱਕ ਹੋਰ ਸਵਾਲ ਹੈ ਕਿ ਜਿਹੜੀ ਇਹ ਮੱਝਾਂ ਗਭਣਾ ਹੁੰਦੀਆਂ ਨੇ ਗਭਣਾ ਹੋਣ ਤੋਂ ਬਾਅਦ ਕਿੰਨੀ ਦੇਰ ਤੱਕ ਉਹ ਮੱਝਾਂ ਦੁੱਧ ਦਿੰਦੀਆਂ ਨੇ ਨੀਲੀ ਦੀਆਂ ਜਿਹੜੀਆਂ ਮੱਝਾਂ ਨੇ ਤੁਹਾਨੂੰ ਦੱਸਿਆ ਨਾ ਭਾਜੀ ਕਿ ਅਕਸਰ ਬਹੁਤੀਆਂ ਮਹੀਂ ਸਾਡੀਆਂ ਚੋਂਦਿਆਂ ਚੋਂਦੇ ਸੂ ਪੈਂਦੀਆਂ ਨੇ ਮਹੀਨਾ ਡੇਢ ਭਾਈ ਤੇ ਜੇ ਕੋਈ ਭਾਈ ਦੀ ਵੀ ਤਾਂ ਕੋਈ ਮਹੀਨਾ ਡੇਢ ਦੋ ਬਸ ਹਾਂ ਹਾਂ
अच्छा बाजी, बाजी तुसी नीली तो बड़े जानवर खरीदे ने, कुछ ऐसे ब्लड लाइन, कुछ ऐसे शौकीना दी नस्लां कि जिन्हां दे उत्ते तुसी बड़े सैटिस्फाई हो, तुहानूं पता चले कि यार ऐ मज फलाने घर च टुरी है ते ऐ तां असीं लैनी लैनी है, वेखण तों पहले ही थोड़ा इरादा हुंदा कि असीं लैनी है, उह जरा सानूं कुछ घर दस दिओ कि जिन्हां दी मेहनत है। मैं भाजी बहुत आ मेरी पसंद जिहड़ी है ना खोखर ब्लड लाइन है, खोखर ब्लड लाइन ते होर वैसे मैं चार चफेरे दी मई खरीदियां ने, अच्छी अच्छी मई माशा चारे पासे मजा दिता है जी जी, ते सब तो ज्यादा मई लगरियां दी मई ने मेरा नाम रोशन किया है, लगरियां हाँ जी खोखर ब्लड होता है थले बैठे ने लंगरीए लंगरीए हाँ जी। अच्छा कोट बलोचा दे नाल जिहड़े लंगरीए ने उहनां दी मज्जां, उहनां दी मई ने मेरा नाम रोशन किया भाजी, ਉਹਨਾਂ ਮੱਝਾਂ ਦੀ ਤੇ ਖੋਖਰਾਂ ਵਾਲੇ ਮੱਝਾਂ ਦੀ ਹਾਂਜੀ, ਤੁਸੀਂ ਬੜੀ ਅੱਛੀ ਤਾਰੀਫ ਕਰ ਰਹੇ ਹੋ, ਉਹਨਾਂ ਨੇ ਬੜਾ ਅੱਛਾ ਰਿਜ਼ਲਟ ਦਿੱਤਾ। ਹਾਂਜੀ ਹਾਂਜੀ ਬਿਲਕੁਲ ਜੀ, ਉਹਨਾਂ ਦੀ ਤੁਹਾਡੇ ਕੋਲ ਜਾ ਕੇ ਜਿਹੜੀ ਅੱਗੇ ਨਸਲ ਟੁਰੀ ਹੈ ਉਹ ਵੀ ਇਸੇ ਤਰ੍ਹਾਂ ਪਰਫਾਰਮ ਅੱਲਾ ਦੇ ਹੁਕਮ ਨਾਲ ਇਸੇ ਤਰ੍ਹਾਂ ਪਰਫਾਰਮ ਕਰੇਗੀ। ਨਹੀਂ ਅੱਗੇ ਝੋਟੀਆਂ ਆਈਆਂ ਨੇ, ਝੋਟੀਆਂ ਆਈਆਂ ਨੇ ਮਈ ਮਾਸ਼ਾਅੱਲਾ ਸੁਈਆਂ ਨੇ ਸਾਡੀਆਂ, ਅੱਛਾ ਦੁੱਧ ਦਿੱਤਾ ਨੇ। ਅੱਛਾ ਅੱਛਾ ਭਾਜੀ, ਖੋਖਰਾਂ ਵਾਲੀਆਂ ਮੱਝਾਂ ਲੰਗਰੀਆਂ ਵਾਲੀਆਂ ਤੇ ਦੂਜੀਆਂ ਮੱਝਾਂ ਵਿੱਚ ਫਰਕ ਕੀ ਹੈ ਉਹ ਜ਼ਰਾ ਦੱਸੋ, ਤੁਹਾਨੂੰ ਪਸੰਦ ਕਿਉਂ ਨੇ? ਉਹਨਾਂ ਦੇ ਲੱਕੜ ਕਾਟ ਜਿਹੜਾ ਸੋਹਣਾ ਹੈ। ਅੱਛਾ ਉਹਨਾਂ ਸਾਂਝਾ ਜਿਹੜਾ ਹੈ ਨਾ ਮਗਰਲਾ ਜੀ ਜੀ, ਉਹ ਕਿਧਰੇ ਨਹੀਂ ਦੇਖਿਆ। ਅੱਛਾ ਹੋਟੇਲੀਆਂ ਨੇ ਅਸਰ ਇਹਨਾਂ 'ਚ ਵੀ ਆਇਆ ਵੇ, ਪਰ ਇਹਨਾਂ ਦਾ ਹੁਸਨਾ ਸਮਝਿਆ ਵੀ, ਪਰ ਲੱਕੜ ਜਿਹੜੀ ਹੈ ਨਾ ਲੱਕੜ ਜੀ ਜੀ ਮਗਰਲਾ ਸਾਂਝਾ ਜਿਹੜਾ ਹੈ ਜੀ ਜੀ, ਉਹ ਜਿਸ ਤਰ੍ਹਾਂ ਕੋਈ ਅਲੋਕਾ ਡਾਈ ਨਹੀਂ ਬਣੀ ਹੁੰਦੀ ਜੀ 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 ਜੀ, ਉਹ ਹੈਡ ਵਾਲੀ ਮੱਝ ਦੀ ਵੱਖਰੀ ਹੈ, ਮੱਝ ਦੀ ਵੱਖਰੀ ਹੈ ਹਾਂ ਜੀ, ਤੇ ਜਿਹੜੀ ਮੱਝ ਨਾ ਹੋਤੇ ਦੀ ਜੀ ਜੀ ਧਿਆਣੀਆਂ ਦੀ ਕਦੀ ਅੱਜ ਤੋਂ 30 ਸਾਲ 25 ਸਾਲ ਪਹਿਲੇ ਮਸ਼ਹੂਰ ਹੋਈਆਂ, ਉਹਨਾਂ ਦੇ ਝੋਟਿਆਂ ਤੋਂ ਕੋ ਚੱਲਦੀ ਚੱਲਦੀਆਂ ਹਨ ਕੋਟ ਬਲੋਚਿਆਂ ਦੇ ਵਿੱਚ, ਅੱਗੋ ਲੰਗਰੀਆਂ ਨੇ ਜਿਨ੍ਹਾਂ ਨੇ ਕੇਅਰ ਕੀਤੀ ਹੈ ਜਿਨ੍ਹਾਂ ਨੇ ਸ਼ਹੂਰ ਰੱਖਿਆ ਜੀ ਜੀ, ਉਹ ਇਸ ਲਈ ਨਾਮ ਚ ਲੈ ਰਹੇ ਨੇ। ਜ਼ਬਰਦਸਤ ਜ਼ਬਰਦਸਤ ਜੀ ਜੀ, ਜੀ ਜੀ ਜੀ। ਨਜ਼ਰ ਨੀ ਆਉਣਾ ਚਾਹੀਦਾ ਇਹਦੇ ਚ, ਕਿੰਨੀ ਕੁ ਸੱਚਾਈ ਹੈ? ਨਹੀਂ ਗੱਲ ਤੇ ਬਿਲਕੁਲ ਸੱਚੀ ਹੈ, ਪਰ ਉਹ ਕਿਧਰੇ ਕਿਧਰੇ ਛੋਟੇ ਖੁੱਡਿਆਂ ਦੀਆਂ ਵੀ ਹੈ ਨੇ ਨਾ, ਸਾਰੀਆਂ ਇੱਕੋ ਜਿਹੀਆਂ ਨਹੀਂ ਨਾ। ਅੱਛਾ ਅੱਛਾ, ਅਲਹਮਦੁਲਿਲਾ ਸੀ ਨਾ ਹੈਡ ਸੁਲੇਮਾਨ ਤੋਂ ਲੈ ਕੇ ਤੇ ਹੈਡ ਲੁੱਡਣ ਤੱਕ ਨਹਿਰਾਂ ਦੇ ਵਿੱਚ ਹਰ ਜਗ੍ਹਾ ਫਿਰ ਲਿੱਤੀ ਬਿਲਕੁਲ ਚਪਾ ਚਪਾ, ਤੇ ਉਹਦੀ ਜ਼ਾਤ ਪਾਕ ਦੀ ਮਿਹਰਬਾਨੀ ਹੈ, ਜਿਵੇਂ ਲਕਮਾਨ ਹਕੀਮ ਅੱਗੇ ਬੂਟੀਆਂ ਨਹੀਂ ਬੋਲੀਆਂ ਜੀ ਜੀ, ਅੱਲਾ ਪਾਕ ਦੀ ਅਹਿਸਾਨ ਹੈ ਸਾਡੇ ਤੇ ਸਾਡੇ ਅੱਗੇ ਮੱਝਾਂ ਬੋਲੀਆਂ। ਜ਼ਬਰਦਸਤ ਜ਼ਬਰਦਸਤ ਅਲਹਮਦੁਲਿਲਾ। ਅੱਛਾ ਬਾਜੀ ਸਾਜੀ, ਅੱਜ ਤੁਸੀਂ ਜ਼ਰਾ ਸਾਡੇ ਕਾਬੂ ਆ ਹੀ ਗਏ ਹੋ, ਇਹ ਦੱਸਿਆ ਜੇ ਕਿ ਨੀਲੀ ਦੀ ਮੱਝ ਜਿਹੜੀ ਹੈ ਉਸ ਦੀ ਤਾਰੀਖ ਕੀ ਹੁੰਦੀ ਹੈ, ਇਬਤਦਾ ਕਿੱਥੋਂ ਹੋਈ ਹੈ, ਇਹ ਤਾਂ ਜ਼ਰਾ ਦੱਸਿਆ ਜੇ ਕਿ ਤੁਹਾਨੂੰ 35-40 ਸਾਲ ਹੋ ਗਿਆ ਸ਼ੋਕ ਕਰਦਿਆਂ ਜੀ ਜੀ, ਤੇ ਤੁਹਾਡੇ ਇਲਮ ਦੇ ਮੁਤਾਬਕ ਇਹ ਨੀਲੀ ਦੀ ਮੱਝ ਚੋਰੀ ਕਿੱਥੋਂ ਹੋਈ? ਸਾਡੇ ਵੱਡਿਆਂ ਤੋਂ ਲੈ ਕੇ ਤੁਰੀ ਹੈ ਜੀ, ਅੰਮ੍ਰਿਤਸਰ ਦੇ ਵਿੱਚ ਸਾਡੇ ਵੱਡਿਆਂ ਨੇ ਜੀ ਜੀ ਇਹ ਸ਼ੋਕ ਕੀਤੇ ਨੇ। ਅੱਛਾ ਹਾਂ ਜੀ, ਉਹ ਨੀਲੀ ਤੋਂ ਲਿਆਂਦੇ ਰਹੇ ਨੇ, ਕੋ ਉਹਨਾਂ ਦੇ ਪੈਰਾਂ ਤੇ ਸੀ ਪੈਰ ਤੇ ਲਿਆਂ ਨਹੀਂ ਨੀਲੀ, ਕੁਛ ਲੋਕ ਆਉਂਦੇ ਜੀ ਮੱਝ ਜਦੋਂ ਤੱਕ ਦਰਿਆ ਦੇ ਨੇੜੇ ਨਹੀਂ ਨਹਾਉਂਦੀ ਜਾਂ ਦਰਿਆ ਦੇ ਪਾਣੀ 'ਚ ਨਹੀਂ ਨਹਾਉਂਦੀ ਉਹ ਨੀਲੀ ਦੀ ਨਹੀਂ ਹੋ ਸਕਦੀ। ਅੱਛਾ ਜੀ, ਹੁਣ ਵੀ ਨੀਲੀ ਦੇ ਵਿੱਚ ਦਰਿਆ ਦੇ ਜਿੱਥੋਂ ਤੁਸੀਂ ਮੱਝਾਂ ਖਰੀਦ, ਹਲੇ ਤੱਕ ਵੀ ਅੱਛੇ ਜਾਨਵਰ ਮਿਲਦੇ ਨੇ ਉੱਥੇ, ਅੱਛਾ ਬਲੱਡ ਹੈ? ਅਲਹਮਦੁਲਿਲਾ ਜੀ, ਹਲੇ ਤੱਕ ਕੋਸ਼ਿਸ਼ ਇਹੀ ਕਰ ਰਹੇ ਹਾਂ ਵੀ ਜਿਹੜਾ ਡਾ ਕੇ ਜਿਹੜੇ ਭਾਜੀ ਬਦਲ ਗਏ ਨੇ ਨਾ ਬੰਦੇ ਜੀ ਜੀ, ਉਰੇ ਪਰਲੇ ਪਾਸੇ ਉਹ ਜਿਹੜੇ ਸੱਚੇ ਬੰਦੇ ਨੇ ਨਾ ਅਜੇ ਵੀ ਜਿਹੜੇ ਆਸ਼ਿਕ ਨੇ ਜੀ ਜੀ, ਉਹ ਨਹੀਂ ਆਪਣੇ ਮਾਲ ਦੇ ਬ੍ਰੈਡ ਹੋਰ ਬਦਲਦੇ। ਅੱਛਾ ਅੱਛਾ, ਆਪਣਾ ਹੀ ਝੋਟਾ ਆਪਣੀ ਮੱਝ ਆਪਣੀ ਨਸਲ ਹੀ ਲਿਜਾ ਰਹੇ, ਹੋਰ ਬਕਾਇਦਾ ਉਹਨਾਂ ਨੇ ਬਾਹਰੋਂ ਦੇਖਣਾ ਹੋਰ ਕਿਸੇ ਦੀ ਨਸਲ ਅੱਛੀ ਲੱਗੀ ਹੈ ਨਾ ਉਹਨਾਂ ਨੂੰ ਜੀ ਜੀ, ਉਹਨਾਂ ਨੇ ਉਹਦੇ ਤੇ ਤਬਦੀਲੀ ਕੀਤੀ ਜੀ ਜੀ, ਮਤਲਬ ਕਿ ਮਾੜੀ ਨਸਲ ਲੱਗੀ ਗਏ। ਠੀਕ ਹੋ, ਅਲਹਮਦੁਲਿਲਾ ਅਸੀਂ ਕੋਸ਼ਿਸ਼ ਕਰਕੇ ਉੱਥੇ ਪਹੁੰਚਨੇ ਦੀ। ਨਹੀਂ ਤੁਸੀਂ ਤਾਂ ਪਹੁੰਚ ਗਏ ਹੋ ਨਾ, ਅੱਲਾ ਮਾਰੇ ਕਰ ਦੀ ਦੇ ਨੇ, ਕੋਈ ਮਾੜੀ ਵੀ ਪੈ ਹੀ ਜਾਂਦੀ ਹੈ ਨਾ ਜੀ ਜੀ, ਹਾਂ ਜੀ ਕੋਈ ਗਲੀ ਤੇ ਹੈ ਨਹੀਂ ਨਾ, ਉਹਦੀ ਯਾਦ ਬਣਾ ਰਹੇ ਤੇ ਉਹਦੀ ਮਿਹਰਬਾਨੀ ਮਿਹਰਬਾਨੀ। ਬਾਜੀ ਤੁਹਾਡੇ ਬਾਰੇ ਅਸੀਂ ਇਹ ਵੀ ਸੁਣਿਆ ਕਿ ਜਿਹੜੀ ਮੱਝ ਇੱਕ ਵਾਰੀ ਆ ਜਾਵੇ ਗਵਾਲ ਦੇ ਵਿੱਚ ਜਾਂ ਤੁਹਾਡੀ ਹਵੇਲੀ 'ਚ ਉਹ ਦੁਬਾਰਾ ਤੁਸੀਂ ਵੇਚਦੇ ਨਹੀਂ ਜਾਂ ਸੇਲ ਨਹੀਂ ਕਰਦੇ? ਹਾਂਜੀ ਹਾਂਜੀ ਭਾਜੀ, ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਹੀ ਭਾਜੀ। ਅੱਛਾ ਅੱਛਾ, ਮੇਰੇ ਕੋਲ ਭਾਜੀ ਇੱਕ ਤਕਰੀਬਨ 20-20 ਸੂਵੇ ਵੀ ਮਈ ਸੂਈਆਂ ਨੇ। ਅੱਛਾ, ਤੇ ਉਸ ਮੈਂ ਨੇ ਜਿਹਨੇ ਥਣ ਖਰਾਬ ਕੀਤਾ ਹੈ ਜਾਂ ਕੋਈ ਬਿਮਾਰ ਹੋ ਗਈ ਹੈ ਤੇ ਉਹ ਅੱਗੇ ਪਿੱਛੇ ਹੋਈ ਹੈ, ਅਦਰਵਾਈਜ਼ ਤੁਸੀਂ ਜਾਨਵਰ? ਅਦਰਵਾਈਜ਼ ਮੈਨੂੰ ਭਾਜੀ ਮੈਂ ਜਾਨਵਰ ਸੇਲ ਨਹੀਂ ਕੀਤਾ। ਨਹੀਂ ਕੁਝ ਜਾਨਵਰ ਐਸੇ ਹੁੰਦੇ ਨੇ ਕਿ ਸਾਰੇ ਜਾਨਵਰ ਚੰਗੇ ਵੀ ਤਾਂ ਨਹੀਂ ਹੁੰਦੇ,
ਕੁਝ ਜਾਨਵਰ ਐ ਹੁੰਦੇ ਨੇ ਜਿਹੜੇ ਆਪਣੇ ਸਟੈਂਡਰਡ ਤੇ ਪੂਰੇ ਨਹੀਂ ਵੀ ਉਤਰਦੇ, ਉਹ ਵੀ ਨਹੀਂ ਸੇਲ ਕਰਦੇ ਤੁਸੀਂ? ਨਹੀਂ ਭਾਜੀ, ਉਹ ਉੱਥੋਂ ਪਿੱਛੇ ਵੇਖ ਕੇ ਲਿਆਈਦਾ ਕਿ ਵੀ ਜਿਹੜੇ ਆਪਣੇ ਸਟੈਂਡਰਡ ਦਾ ਆਇਆ ਹੈ। ਅੱਛਾ, ਇਹਦਾ ਮਤਲਬ ਇਹ ਤੁਹਾਡੀ ਸਿਲੈਕਸ਼ਨ ਹੀ ਬੜੀ ਅੱਛੀ ਹੁੰਦੀ ਹੈ। ਹਾਂਜੀ ਭਾਜੀ, ਕੋਸ਼ਿਸ਼ ਕਰੀ ਦੀ ਹੈ ਕਿ ਅੱਛੀ। ਅੱਛਾ 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 ਭਾਜੀ, ਤੁਹਾਡੀ ਗਵਾਲ 'ਚ ਐਵਰੇਜ ਕੀ ਚੱਲ ਰਹੀ ਹੈ ਦੁੱਧ? ਮਾਸ਼ਾਅੱਲਾ ਭਾਜੀ, ਇਹ ਸਾਰਾ ਸਿਸਟਮ ਸਾਡਾ ਚੱਲਿਆ ਆਵੇ ਜੀ ਜੀ, ਅਤੇ ਅਸੀਂ ਜਲਦੀ ਕੀਤੇ ਆ ਕੇ ਗੌਰ ਵੀ ਨਹੀਂ ਕੀਤਾ, ਅਤੇ ਮਾਸ਼ਾਅੱਲਾ ਅੱਛਾ ਕੰਮ ਹੈ ਸਾਡਾ, ਅੱਲਾਹ ਪਾਕ ਦੀ ਜ਼ਾਤ ਦੀ ਬੜਾ ਕਰਮ ਨਵਾਜ਼ੀ ਹੈ ਸਾਡੇ 'ਤੇ। ਅੱਛਾ, 300 ਜਾਨਵਰਾਂ ਦੇ ਕਿੰਨੇ ਬੰਦੇ ਲਾਏ ਨੇ ਤੁਸੀਂ? ਤਕਰੀਬਨ 10 ਅਸੀਂ ਲੇਬਰ ਸਾਡੀ ਕੰਮ ਕਰਦੀ ਹੈ। ਅੱਛਾ, ਲੇਬਰ ਕਰਦੀ। ਹਾਂਜੀ, ਚਾਰਾ ਵਗੈਰਾ ਖਰੀਦ ਕੇ? ਚਾਰਾ ਵਗੈਰਾ ਸਾਡਾ ਸਾਰਾ ਅਰਜੈਂਟ ਹੀ ਆਉਂਦਾ ਹੈ। ਅਰਜੈਂਟ ਹੀ ਆਉਂਦਾ? ਅੱਛਾ ਅੱਛਾ, ਮਾਸ਼ਾਅੱਲਾ। ਅਤੇ ਚਲੋ, ਸ਼ੌਕੀਨ ਕੋਲੋਂ ਇਹ ਸਵਾਲ ਤਾਂ ਨਹੀਂ ਕਰਨਾ ਚਾਹੀਦਾ ਜਿਹੜਾ ਸ਼ੌਕੀਨ ਹੁੰਦਾ, ਕਿ ਇਸ ਲਈ ਜਾਨਵਰਾਂ ਦਾ ਸ਼ੌਕ ਜਾਂ ਡੈਰੀ ਫਾਰਮਿੰਗ ਆਖਿਆ ਜਾ ਰਿਹਾ ਕਿ ਬੜਾ ਮਹਿੰਗਾ ਕੰਮ ਹੈ, ਕੋਈ ਪ੍ਰੋਫਿਟ ਨਹੀਂ, ਅਤੇ ਤੁਸੀਂ ਕਿਉਂਕਿ ਲਾਹੌਰ ਦੇ ਵਿੱਚ ਬੈਠੇ ਹੋ, ਹਰ ਚੀਜ਼ ਮਹਿੰਗੀ ਹੈ, ਚਾਰਾ ਵੀ ਮਹਿੰਗਾ, ਵੰਡਾ ਹਰ ਚੀਜ਼ ਮਹਿੰਗੀ ਹੈ, ਤੁਸੀਂ ਇਸ ਉੱਤੇ ਕੀ ਕਮੈਂਟਸ ਕਰਦੇ ਹੋ? ਭਾਅ ਜੀ, ਸ਼ੁਕਰ ਤੇ ਅਲਹਮਦੁਲਿਲਾ, ਸਾਰਾ ਕੁਝ ਇਹਨਾਂ ਕਰਮ ਵਾਲੀਆਂ ਤੋਂ ਕਮਾ ਕੇ ਬਣਾਇਆ ਮੈਂ। ਅੱਛਾ, ਨਾ ਕੋਈ ਜਾਇਦਾਦ ਵੇਚੀਏ ਤੇ ਨਾ ਕੋਈ ਬਣਾਈ। ਜਾਇਦਾਦ ਤਾਂ ਬਣਾਈ ਹੋਣੀ ਜੇ ਕਮਾਇਆ। ਹਾਂਜੀ, ਬਣਾਈ ਬਥੇਰੀ, ਸ਼ੁਕਰ ਤੇ ਅਲਹਮਦੁਲਿਲਾ, ਤੇ ਮੈਂ ਇਹਨਾਂ ਕਰਮ ਵਾਲੀਆਂ ਨੇ ਇਸ਼ਕ ਕੀਤਾ ਵੇ। ਬਿਲਕੁਲ, ਇਸੇ ਤਰ੍ਹਾਂ ਸਾਰੀ ਨੀਲੀ ਆ ਕੇ ਲਾਹੌਰ ਵਸ ਗਈ ਹੈ, ਇਹਦੇ ਬਾਰੇ ਕਿੰਨੀ ਸੱਚਾਈ ਹੈ? ਹਾਂਜੀ, ਇੱਕ ਦਿਨ ਥੋੜੇ ਦਿਨ ਪਹਿਲੇ ਨਾ ਸਾਡੇ ਕੋਲ ਸਾਲ ਕੋ ਹੋਇਆ, ਕੋਈ ਮਹਿਮਾਨ ਆਏ। ਭਾਈਓ, ਫੜੋ ਮਾਈਕ ਫੜੋ। ਸਾਡੇ ਕੋਲ ਸਾਲ ਕੋ ਹੋਇਆ ਵੇ, ਕੋਈ ਮਹਿਮਾਨ ਆਏ ਸਨ, ਉਹਨਾਂ ਨੇ ਕਿਹਾ ਨੀਲੀ ਤੋਂ ਆਏ ਨੇ, ਉਹਨਾਂ ਨੇ ਕਿਹਾ ਯਾਰ ਸਾਨੂੰ ਕੋਈ ਨਾ ਕੱਟਾ ਦਿਓ। ਮੈਂ ਕਿਹਾ ਬਾਈ, ਭਾਈ ਗੱਲ ਸੁਣੋ ਮੇਰੀ, ਇੱਥੇ ਬਾਦਸ਼ਾਹੀ, ਇੱਥੋਂ ਨਾ ਕੱਟਾ ਜੇ ਲੱਭਣਾ ਤਾਂ ਰੂੜੀਆਂ 'ਚ ਜਾ ਕੇ ਲੱਭੋ ਜੇ ਤੁਸੀਂ ਫਰੋਲ ਕੇ ਲਿਆਏ ਆ। ਹਾਂਜੀ, ਹੁਣ ਤਾਂ ਦੇਖੋ ਨਾ, ਇੱਕ ਚੋਰ ਬਿੱਲੂ ਕੋ ਤੇ ਅੱਲਾਹ ਦੀ ਜ਼ਾਤ ਦੀ ਰਹਿਮਤ, ਹੋਰ ਸਾਡੇ ਕਈ ਭਰਾ ਨੇ ਭਰੀ, ਸਭ ਭਰੀ ਗਈ ਹੈ, ਇਹ ਨਹੀਂ ਬਾਤ, ਇਹ ਤਾਂ ਅੱਲਾਹ ਨੇ ਆਵਾਜ਼ ਦਿੱਤੀ ਹੈ ਨਾ ਸਾਨੂੰ, ਅੱਲਾਹ ਨੇ ਇੱਜ਼ਤ ਦਿੱਤੀ। ਹੁਣ ਜਿਹਨੂੰ ਵੀ ਪੁੱਛੋਗੇ ਮੇਰੇ ਵਰਗੀ ਆਈ ਨਹੀਂ ਕਿਸੇ ਨੂੰ, ਹਰ ਬੰਦਾ ਲਮੋਚਣ ਮੱਝ, ਹਰ ਬੰਦਾ ਲਮੋਚਣ ਮੱਝ। ਹੁਣ ਕਈ ਮੇਰੇ ਵਰਗੀਆਂ ਨੂੰ ਵੇਖਣ ਦਾ ਵੀ ਨਹੀਂ ਪਤਾ ਹੈਗਾ, ਉਹ ਚਾਰ ਆਨੇ ਆਉਂਦੇ ਨੇ, ਉਹ ਗੱਡੀ ਦੇ ਵਿੱਚ ਬੈਠਦਾ, ਉੱਥੇ ਜਾ ਕੇ ਜਿਹੜੀ ਵੀ ਹੁੰਦੀ ਉਹ ਕਹਿੰਦੇ ਜੀ ਫਲਾਣੇ ਦੀ, ਫਲਾਣੇ ਛੰਡੇ ਦੀ, ਫਲਾਣੇ ਛੰਡੇ, ਉਹ ਕਹਿੰਦਾ ਲੱਦ ਪਈ ਇਹਨੇ ਪੈਸੇ 'ਚ, ਉਹ ਸਾਰਾ ਕੰਮ ਇੱਕ ਜਿਹਾ ਰਲ ਗਿਆ। ਉਹ ਜਿਹੜਾ ਵੀ ਕਹਿੰਦਾ ਮੈਂ ਉਸ ਤੋਂ ਵੱਧ, ਉਹ ਕਹਿੰਦਾ ਮੈਂ ਉਸ ਤੋਂ ਵੱਧ, ਇਹ ਤੇ ਉਹਦੀ ਜ਼ਾਤ ਪਾਕ ਨੇ ਇੱਜ਼ਤ ਦਿੱਤੀ ਹੈ ਨਾ ਸਾਨੂੰ। ਜਿਹੜੀਆਂ ਉਸ ਇਲਾਕੇ ਦੀਆਂ ਮੱਝਾਂ ਨੇ ਨੀਲੀ ਦੀਆਂ ਜਿਹੜੀਆਂ, ਜੀ ਜੀ, ਨੀਲੀ ਦੀ ਜਿਹੜੀ ਮੱਝ ਹੈ ਉਹਦੇ ਬਾਰੇ 'ਚ ਇਹ ਵੀ ਕਿਹਾ ਜਾਂਦਾ ਹੈ ਉਸ ਇਲਾਕੇ ਦੇ ਵਿੱਚ ਲੋਕ ਜਿਹੜੇ ਨੇ, ਕਿ